ਇਹ ਹੈ ਮਲੇਰਕੋਟਲਾ ਦੀ ਦਾਣਾ ਮੰਡੀ, ਜਿੱਥੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ, ਇੱਥੋਂ ਤੱਕ ਕਿ ਦਿੱਲੀ ਤੋਂ ਵੀ ਲੋਕ ਇਸ ਇਕੱਠ ਵਿੱਚ ਪੁੱਜੇ ਨੇ। ਇਹ ਲੋਕ ਕੇਂਦਰ ਸਰਕਾਰ ਵੱਲੋਂ ਸੋਧ ਕੀਤੇ ਨਾਗਰਿਕਤਾ ਕਾਨੂੰਨ NPR ਅਤੇ ਸੰਭਾਵਤ NRC ਦੇ ਵਿਰੋਧ ਵਿੱਚ ਮਲੇਰਕੋਟਲਾ 'ਚ ਇਕੱਠੇ ਹੋਏ ਸਨ। ਮੁਸਲਿਮ ਭਾਈਚਾਰੇ ਵੱਲੋਂ ਕੀਤੇ ਗਏ ਇਸ ਇਕੱਠ ਨੂੰ ਵੱਖ ਵੱਖ 14 ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਆਪਣਾ ਸਮਰਥਨ ਦੇਣ ਪਹੁੰਚੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇਸ ਇਕੱਠ ਰਾਹੀਂ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਦੇਸ਼ ਨੂੰ ਧਰਮ ਦੇ ਆਧਾਰ ਉੱਤੇ ਨਾ ਵੰਡਿਆ ਜਾਵੇ ਅਤੇ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ। ਜਦੋਂ ਹਿੰਦੁਸਤਾਨ ਦੇ ਵਿੱਚੋਂ 2 ਟੁਕੜੇ ਹੋਏ ਪਾਕਿਸਤਾਨ ਬਣਿਆ, ਅਸੀਂ ਉਹਨੂੰ, ਸਾਡੇ ਬਜ਼ੁਰਗਾਂ ਨੇ ਉਸ ਮੁਲਕ ਨੂੰ ਸਵੀਕਾਰ ਨਹੀਂ ਕੀਤਾ। ਅਸੀਂ ਕਹਿਤਾ ਵੀ ਅਸੀਂ ਹਿੰਦੁਸਤਾਨ 'ਚ ਹੀ ਰਹਿਣਾ, ਸਾਡਾ ਪਿਆਰਾ ਵਤਨ ਹੈ, ਅਸੀਂ ਇੱਥੇ ਹੀ ਜੀਆਂ, ਇੱਥੇ ਹੀ ਮਰਾਂਗੇ। ਲੇਕਿਨ ਅੱਜ ਦੀ ਸਰਕਾਰ ਸਾਡੇ ਕੋਲੋਂ ਸਬੂਤ ਚਾਹੁੰਦੀ ਹੈ। ਸਾਡੇ ਕੋਲ ਇਹ ਤੋਂ ਇਲਾਵਾ ਹੋਰ ਬੜਾ ਸਬੂਤ ਕੀ ਹੋ ਸਕਦਾ ਵੀ ਅਸੀਂ ਹਿੰਦੁਸਤਾਨ ਦੇ ਵਸਿੰਦੇ ਹਾਂ। ਇਕੱਠੇ ਹੋਣ ਵਾਸਤੇ ਲੋਕੀ ਚਾਹੁੰਦੇ ਨੇ ਕਿ ਇਕੱਠੇ ਰਹਿਣ, ਇਸ ਕਰਕੇ ਵਿਰੋਧ ਕਰ ਰਹੇ ਨੇ। ਇਸ ਤੋਂ ਇਲਾਵਾ ਇਹ ਜਿਹੜੀਆਂ ਔਰਤਾਂ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀਆਂ ਕਿ ਉਹ ਬਾਹਰ ਆਉਣ, ਪਰ ਮਜਬੂਰ ਨੇ ਕਿਉਂਕਿ ਉਹ ਕਾਨੂੰਨ ਦੇ ਵਿਰੋਧ ਵਿੱਚ ਨੇ। ਇਸ ਕਰਕੇ ਉਹਨਾਂ ਵਾਸਤੇ ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੈ। ਵੈਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ CAA ਦਾ ਵਿਰੋਧ ਕਰ ਰਹੇ ਹਨ ਅਤੇ ਸਰਕਾਰ ਕੁਝ ਸੂਬਿਆਂ ਵਾਂਗ ਇਸ ਦੇ ਬਾਰੇ ਵਿਧਾਨ ਸਭਾ ਵਿੱਚ ਮਤਾ ਵੀ ਮਨਜ਼ੂਰ ਕਰ ਚੁੱਕੀ ਹੈ। ਮਲੇਰਕੋਟਲਾ ਪੰਜਾਬ ਦਾ ਮੁਸਲਿਮ ਬਹੁਗਿਣਤੀ ਵਾਲਾ ਸ਼ਹਿਰ ਹੈ ਅਤੇ ਇੱਥੇ ਇਹਨਾਂ ਦੀ ਆਬਾਦੀ ਲਗਭਗ 69% ਹੈ। ਮਲੇਰਕੋਟਲਾ ਵਿੱਚ ਹੋਣ ਵਾਲੇ ਇਸ ਪ੍ਰਦਰਸ਼ਨ ਦੀ ਇਤਿਹਾਸਿਕ ਮਹੱਤਤਾ ਵੀ ਹੈ। ਫਤਿਹਗੜ੍ਹ ਸਾਹਿਬ ਦੇ ਵਜ਼ੀਰ ਖਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਉਣ ਦਾ ਜਦੋਂ ਹੁਕਮ ਦਿੱਤਾ ਸੀ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹਨਾਂ ਨੂੰ ਬਚਾਉਣ ਲਈ ਹਾਂ ਦਾ ਨਾਰਾ ਮਾਰਿਆ ਸੀ। ਜਦੋਂ ਉਦੋਂ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੋਂ ਬਦਲਾ ਲੈ ਰਹੇ ਸੀ ਤਾਂ ਉਦੋਂ ਕਿਸੇ ਇੱਕ ਆਵਾਜ਼ ਨੇ ਜਿਹਨੇ ਉਹਦੀ ਮੁਖਾਲਫਤ ਕੀਤੀ ਸੀ, ਉਹ ਮਲੇਰਕੋਟਲਾ ਦੀ ਆਵਾਜ਼ ਸੀ। ਇਸ ਇਕੱਠ ਦੀ ਖਾਸ ਗੱਲ ਇਹ ਰਹੀ ਕਿ ਕਈ ਧਰਮਾਂ ਦੇ ਲੋਕ ਇਸ ਮੰਚ 'ਤੇ ਨਜ਼ਰ ਆਏ, ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਮੁਹਿੰਮ ਕਿੰਨੀ ਕਾਮਯਾਬ ਹੁੰਦੀ ਹੈ। ਅਰਵਿੰਦ ਛਾਬੜਾ, BBC ਮਲੇਰਕੋਟਲਾ।